ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਜੀ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਜੇ ਹੁਣ ਤੱਕ ਤੁਸੀਂ ਨਹੀਂ ਕਰਿਆ ਘੰਟੀ ਦਾ ਬਟਨ ਵੀ ਦਬਾਇਓ ਜੀ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਅੱਜ ਆਪਾਂ ਇੱਕ ਸੌਖਾ ਜਿਹਾ ਡਿਜ਼ਾਈਨ ਬਣਾਉਣੀ ਆ ਜਿਹੜਾ ਕਿ ਮਫਲਰ ਵਾਸਤੇ ਹੈ ਜੀ ਕਮੈਂਟ ਕਰਕੇ ਪੁੱਛਿਆ ਗਿਆ ਵੀ ਮਫਲਰ ਨੂੰ ਜੇ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਬਣਾਉਣਾ ਹੋਵੇ ਤਾਂ ਕਿਹੜਾ ਡਿਜ਼ਾਈਨ ਪਾਈਏ ਆਹ ਡਿਜ਼ਾਈਨ ਹੈ ਜਿਹੜਾ ਇਹ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਬਣਦਾ ਜੀ ਇਹ ਮਾਫਲਰ ਦਾ ਤੇ ਸ਼ਾਲ ਦਾ ਹੀ ਡਿਜ਼ਾਈਨ ਹੈ ਜੀ ਮਾਫਲਰ ਵਾਸਤੇ ਜਦ ਵੀ ਉਹਨਾਂ ਲੈਣੀ ਹੈ ਜੀ ਦੇਖ ਕੇ ਥੋੜੀ ਜਿਹੀ ਮੋਟੀ ਲੈਣੀ ਹੈ ਤੇ ਸਲਾਈ ਵੀ ਇਸ ਤਰ੍ਹਾਂ ਵੀ ਥੋੜੀ ਜਿਹੀ ਮੋਟੀ ਕੋ ਲਾਉਣੀ ਹੈ ਫੇਰ ਇਹ ਇਸ ਤਰ੍ਹਾਂ ਢਿੱਲਾ ਬਣਦਾ ਤੇ ਨਾਲੇ ਸੋਹਣਾ ਲੱਗਦਾ ਬਣਿਆ ਹੋਇਆ ਚਲੋ ਜੀ ਦੇਖਦੇ ਆਪਾਂ ਇਹ ਕਿਵੇਂ ਬਣਦਾ ਡਿਜ਼ਾਈਨ ਜਦ ਵੀ ਆਪਾਂ ਨੇ ਡਿਜ਼ਾਈਨ ਸ਼ੁਰੂ ਕਰਨਾ ਜੀ ਇਹ ਉਲਟੇ ਸਿੱਧੇ ਕੁੰਡੇ ਤੋਂ ਹੀ ਕਰ ਲੈਣਾ ਆਪਾਂ ਨੇ ਉਲਟੀ ਸਲਾਈ ਨਹੀਂ ਪਾਉਣੀ ਪਹਿਲਾ ਕੁੰਡਾ ਆਪਾਂ ਉਲਟਾ ਪਾਉਨੇ ਆ ਜੀ ਦੂਜਾ ਕੁੰਡਾ ਪਾਉਨੇ ਫਿਰ ਆਪਾਂ ਸਿੱਧਾ ਉਸ ਤੋਂ ਅਗਲਾ ਉਲਟਾ ਉਸ ਤੋਂ ਅਗਲਾ ਸਿੱਧਾ ਇਸ ਤਰ੍ਹਾਂ ਹੀ ਆਪਾਂ ਆਪਣੀ ਪੂਰੀ ਸਲਾਈ ਉਲਟਾ ਸਿੱਧਾ ਕੁੰਡਾ ਪਾ ਕੇ ਕੰਪਲੀਟ ਕਰ ਲੈਣੇ ਆ ਜੇ ਆਪਣੇ ਕੋਲ ਉਨ ਮੋਟੀ ਹੋਵੇ ਜੀ ਤਾਂ ਆਪਾਂ 35 ਗੁੰਡੇ ਪਾ ਕੇ ਮਫਲਰ ਤਿਆਰ ਕਰ ਸਕਦੇ ਆ ਮੋਟੀਆਂ ਸਲਾਈਆਂ ਲਾ ਕੇ ਥੋੜੀਆਂ ਜੀਆਂ ਜੇ ਆਪਣੇ ਕੋਲ ਉਨ ਬਰੀਕ ਆ ਤਾਂ ਆਪਾਂ ਉਹਦੇ ਹਿਸਾਬ ਨਾਲ ਗੁੰਡੇ ਵੱਧ ਪਾਉਂਗੇ ਆ ਆਹ ਗੁੰਡਾ ਆਪਣਾ ਅਗਲਾ ਲੱਗ ਪੈ ਗਿਆ ਜੀ ਸਿੱਧਾ ਉਸ ਤੋਂ ਅੱਗੇ ਉਲਟਾ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਸਿੱਧਾ ਗੁੰਡਾ ਇਹਨੂੰ ਇੱਥੋਂ ਨਹੀਂ ਬੁਣਨਾ ਇਹ ਥੱਲੇ ਤੋਂ ਕੱਢ ਕੇ ਇਸ ਤਰ੍ਹਾਂ ਬੁਣਨਾ ਹੈ ਉਲਟਾ ਗੁੰਡਾ ਉਲਟਾ ਸਿੱਧਾ ਗੁੰਡਾ ਉੱਪਰ ਤੋਂ ਨਹੀਂ ਬੁਣਨਾ ਇਹ ਥੱਲੇ ਤੋਂ ਇੱਥੇ ਤੋਂ ਬੁਣਨਾ ਹੈ ਉਲਟੇ ਗੁੰਡੇ ਨੇ ਦੋਨਾਂ ਪਾਸਿਆਂ ਤੋਂ ਉਲਟਾ ਹੀ ਬੁਣਨਾ ਹੋਣਾ ਜੀ ਸਿੱਧਾ ਗੁੰਡਾ ਆਪਣਾ ਉਲਟੀ ਸਾਈਡ ਤੋਂ ਵੀ ਸਿੱਧੀ ਸਾਈਡ ਤੋਂ ਵੀ ਇਸ ਤਰ੍ਹਾਂ ਬੁਣ ਹੋਣਾ ਇੱਥੋਂ ਨਹੀਂ ਬੁਣ ਹੋਣਾ ਥੱਲੇ ਤੋਂ ਬੁਣ ਹੋਣਾ ਉਲਟਾ ਕੁੰਡਾ ਉਲਟਾ ਪਾਈ ਜਾਣਾ ਸਿੱਧੇ ਕੁੰਡੇ ਨੂੰ ਇੱਥੋਂ ਥੱਲੇ ਤੋਂ ਬੁਣੀ ਜਾਣਾ ਇਦਾਂ ਨੂੰ ਜਿਹੜਾ ਉਲਟਾ ਗੁੰਡਾ ਦਿਖਦਾ ਉਹਨੂੰ ਆਪਾਂ ਉਲਟਾ ਹੀ ਬੁਣ ਲੈਣਾ ਸਿੱਧਾ ਗੁੰਡਾ ਦਿਖਦਾ ਜਿਹੜਾ ਉਹਨੂੰ ਆਪਾਂ ਇੱਥੋਂ ਨਹੀਂ ਬੁਣਨਾ ਇਹ ਆ ਥੱਲੇ ਤੋਂ ਬੁਣਨਾ ਸਿੱਧੇ ਗੁੰਡੇ ਨੇ ਦੋਨਾਂ ਪਾਸਿਆਂ ਤੋਂ ਜਿਹੜਾ ਸਿੱਧਾ ਦਿਖਦਾ ਉਹਨੇ ਇਸ ਤਰ੍ਹਾਂ ਹੀ ਬੁਣ ਹੋਣਾ ਹੈ ਉਲਟੇ ਗੁੰਡੇ ਨੇ ਉਲਟਾ ਬੁਣ ਹੋਣਾ ਹੈ ਬਣਾਈ ਵਿੱਚ ਹੱਥ ਵੀ ਇਹਦੇ 'ਚ ਆਪਾਂ ਥੋੜਾ ਜਿਹਾ ਢਿੱਲਾ ਰੱਖਣਾ ਹੈ ਫਿਰ ਇਹ ਇੰਨਾ ਹੀ ਜ਼ਿਆਦਾ ਸੋਹਣਾ ਲੱਗਦਾ ਢਿੱਲਾ ਬਣਿਆ ਹੋਇਆ ਐਸ ਤਰ੍ਹਾਂ ਆਪਾਂ ਨੇ ਕੁੰਡੇ ਨੂੰ ਢਿੱਲਾ ਹੀ ਕੱਢਣਾ ਹੈ ਦੋਨਾਂ ਪਾਸਿਆਂ ਤੋਂ ਇੱਕੋ ਤਰ੍ਹਾਂ ਬੁਣਣਾ ਹੋਣਾ ਜੀ ਉਲਟੇ ਕੁੰਡੇ ਨੇ ਉਲਟਾ ਬੁਣ ਹੋਈ ਜਾਣਾ ਤੇ ਸਿੱਧੇ ਕੁੰਡੇ ਨੇ हेठा तो बुन हो ही जाना देखो जी इस तरह बन लग गया यह दोनों पासया तो दो एक को जी दो पास तो इको तरह बनता जी य इस तरह तैयार हो जाता देखो जी कि यह ढिला है थोड़ी जी उन्न भी यह मोटी है तो सिलाई भी मोटी लाई हुई है ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ